ਸ਼ਲੋਕ ਮਹੱਲਾ ਪੰਜਵਾਂ ਡਿੱਠੜੋ ਹੱਬ ਠਾਏ ਊਣ ਨਾ ਕਾਈ ਜਾਏ ਨਾਨਕ ਲੱਦਾ ਤਿੰਨ ਸਵਾਉ ਜਿਨ੍ਹਾਂ ਸਤਿਗੁਰ ਭੇਟਿਆ। ਕਿਸੇ ਜਗ੍ਹਾ ਕੋਈ ਕਮੀ ਨਹੀਂ ਹੈ, ਜਿੰਨੀ ਉਹਨੇ ਰਚਨਾ ਬਣਾਈ ਹੈ ਸਾਰੀ ਜਗ੍ਹਾ ਕੋ ਫਿਰ ਕੇ ਦੇਖ ਲਿਆ, ਮੈਨੂੰ ਤਾਂ ਕਿਤੇ ਕਮੀ ਲੱਗੀ ਨਹੀਂ। ਜਿਹੜੇ ਕਮੀ ਦਾ ਰੌਲਾ ਪਾਈ ਜਾਂਦੇ ਨੇ ਉਹਨਾਂ ਦੀ ਬੁੱਧੀ ਚ ਕਮੀ ਹੋਊਗੀ, ਉਹਨਾਂ ਦੀ ਦ੍ਰਿਸ਼ਟੀ ਚ ਕਮੀ ਹੈ। ਕਮੀ ਵਾਲੀ ਦ੍ਰਿਸ਼ਟੀ ਨਾਲ ਦੇਖਦੇ ਨੇ ਉਹ, ਕਿਸੇ ਜਗ੍ਹਾ ਵੀ ਕੋਈ ਉਣਤਾ ਹੀ ਨਹੀਂ ਹੈ। ਕਿਹੜੀ ਪੱਖੋਂ ਗੱਲ ਹੋ ਰਹੀ ਹੈ ਜੀ? ਜਿਵੇਂ ਸ੍ਰਿਸ਼ਟੀ ਦੀ ਰਚਨਾ ਹੈ, ਕੋਈ ਕਹਿੰਦਾ ਇੱਥੇ ਆ ਚਾਹੀਦਾ ਸੀ, ਕੋਈ ਕਹਿੰਦਾ ਉੱਥੇ ਆ ਚਾਹੀਦਾ ਸੀ, ਕੋਈ ਕਹਿੰਦਾ ਇਹ ਵਿਚਾਰੇ ਦੇ ਪਿੱਤਲੇ ਦੇ ਪੈਰ ਚਾਹੀਦੇ ਸੀ, ਕੋਈ ਕਹਿੰਦਾ ਇਹਦੇ ਨੱਕ ਵੱਡਾ ਚਾਹੀਦਾ ਸੀ, ਕੋਈ ਕਹਿੰਦਾ ਨੱਕ ਛੋਟਾ ਚਾਹੀਦਾ ਸੀ, ਕੋਈ ਕਹਿੰਦਾ ਇੱਥੇ ਦਰਖਤ ਜ਼ਿਆਦਾ ਚਾਹੀਦੇ ਸੀ, ਕੋਈ ਕਹਿੰਦਾ ਦਰਖਤ ਥੋੜੇ ਚਾਹੀਦੇ ਸੀ, ਕੋਈ ਕਹਿੰਦਾ ਇੱਥੇ ਜ਼ਮੀਨ ਉੱਚੀ ਚਾਹੀਦੀ ਸੀ, ਕੋਈ ਕਹਿੰਦਾ ਇੱਥੇ ਉੱਚੀ ਪੱਧਰ ਜ਼ਮੀਨ ਚਾਹੀਦੀ ਸੀ। ਕੋਈ ਤਾਂ ਕੁਛ ਕੁਛ ਕਹੂਗਾ ਆਪਣੇ ਮਤਲਬ ਦੀ, ਲੋਕਾਂ ਦੇ ਮਤਲਬ ਦਾ ਸਭ ਕੁਝ ਨਹੀਂ ਹੈ ਕਹਿਣ ਦਾ ਮਤਲਬ ਇਹ। ਕਿਉਂਕਿ ਡਿੱਠੋ ਹੱਬ ਠਾਏ ਲਿਖਿਆ, ਠਾਏ ਦਾ ਕੀ ਭਾਵ ਹੈ? ਸ੍ਰਿਸ਼ਟੀ ਇਹ ਚੇਤਨ ਦੀ ਗੱਲ ਹੋ ਰਹੀ ਹੈ? ਚੇਤਨ ਦੀ ਨਹੀਂ ਹੈ। ਅੱਛਾ, ਚੇਤਨ ਤਾਂ ਹਰ ਜਗ੍ਹਾ ਹੁਣ ਹੈ, ਚੇਤਨ ਵਿੱਚ ਤਾਂ ਹੁਣ ਜਗ੍ਹਾ ਜਗ੍ਹਾ। ਨਾਨਕ ਲੱਦਾ ਤਿੰਨ ਸਵਾਉ ਜਿਨ੍ਹਾਂ ਸਤਿਗੁਰ ਭੇਟਿਆ। ਆਹ ਨੂੰ ਲੱਭਿਆ ਸਵਾਉ, ਮਨੋਰਥ ਉਹਨਾਂ ਨੂੰ ਪਤਾ ਲੱਗਿਆ। ਸਵਾਉ ਮਨੋਰਥ ਹੁੰਦਾ, ਜਿਨ੍ਹਾਂ ਨੇ ਸਤਿਗੁਰ ਭੇਟਿਆ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਵੀ ਇਹ ਕਿਉਂ ਬਣਾਏ ਨੇ ਪਹਾੜ, ਦਰਿਆ ਇੱਥੇ ਦੀ ਉਹ ਕਿਉਂ ਬਣਾਏ ਨੇ, ਇੱਥੇ ਦੀ ਉਹ ਕਿਉਂ ਨਹੀਂ ਬਣਾਏ। ਉਹ ਤਾਂ ਇਸ ਗੱਲ ਨੂੰ ਸਮਝ ਗਏ, ਜਿਹੜੇ ਬੇਸਮਝ ਨੇ ਉਹ ਆਪਣੀਆਂ ਆਪਣੀਆਂ ਜਬੜੀਆਂ ਮਾਰੀ ਜਾਂਦੇ ਨੇ। ਜਿਨ੍ਹਾਂ ਨੇ ਸਤਿਗੁਰ ਭੇਟ ਲਿਆ ਉਹ ਸੈਟੀਸਫਾਈ ਨੇ ਰਚਨਾ ਤੋਂ, ਉਹਨਾਂ ਨੂੰ ਨਹੀਂ ਕੋਈ ਕਮੀ ਲੱਗਦੀ ਕਿਤੇ। ਪਰ ਜਿਹੜੇ ਮਨਮੁਖ ਨੇ ਉਹਨਾਂ ਨੂੰ ਜਗ੍ਹਾ ਜਗ੍ਹਾ ਕਮੀ ਲੱਗਦੀ ਹੈ। ਮਹੱਲਾ ਪੰਜਵਾਂ ਦਾਮਨੀ ਚਮਤਕਾਰ ਤਿਉਂ ਵਰਤਾਰਾ ਜਗ ਖੇ ਵੱਥ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸਤਣੀ। ਦਾਮਨੀ ਚਮਤਕਾਰ, ਜਿਵੇਂ ਬਿਜਲੀ ਚਮਕਦੀ ਹੈ ਨਾ, ਚਮਤਕਾਰ ਹੁੰਦਾ, ਇਹੋ ਜਿਹੇ ਚਮਤਕਾਰ ਵੀ ਹੁੰਦੇ ਰਹਿੰਦੇ ਨੇ ਸੰਸਾਰ ਵਿੱਚ। ਜਗ ਦਾ ਵਰਤਾਰਾ ਇਹੋ ਜਿਹਾ ਹੀ ਹੈ। ਕਿਤੇ ਕਿਤੇ ਐਸੇ ਕੰਮ ਹੋ ਜਾਂਦੇ ਨੇ ਦਾਮਣੀ ਚਮਤਕਾਰ ਵਰਗੇ, ਲੋਕ ਹੈਰਾਨ ਹੋ ਜਾਂਦੇ ਨੇ ਆ ਕੀ ਹੋ ਗਿਆ। ਜਿਵੇਂ ਸ਼ਹਿਰਾਂ ਦੇ ਸ਼ਹਿਰ ਗਰਕ ਹੋ ਜਾਂਦੇ ਨੇ, ਉਹ ਤਾਂ ਕਹਿੰਦੇ ਨੇ ਰੱਬ ਨੇ ਬੜਾ ਕਹਿਰ ਕੀਤਾ, ਦਿਆਲੂ ਦਾ ਨਾ ਰਿਹਾ ਰੱਬ। ਦਾਮਣੀ ਜਿੱਥੇ ਚਮਤਕਾਰ ਕਰਦੀ ਹੈ ਉੱਥੇ ਬਹੁਤ ਕੁਝ ਫੂਕ ਵੀ ਦਿੰਦੀ ਹੈ, ਬਸ ਇਹ ਖੇਡ ਉਹਦੀ ਹੈ, ਉਹੀ ਜਾਣਾ ਹੈ। ਵਰਤਾਰਾ ਜੱਗ ਦਾ ਦਾਮਣੀ ਚਮਤਕਾਰ ਇਹ ਹੈ, ਬਹੁਤ ਕੁਝ ਫਲਾਂ ਦੇ ਦਰਖਤਾਂ ਨੂੰ ਸਾੜ ਕੇ ਰੱਖ ਦਿੰਦੀ ਹੈ। ਉਹ ਸਾੜ ਕਾਹਦੇ ਦਿੱਤੇ, ਕੀ ਪਤਾ ਉਹ ਖਾ ਕੇ ਲੋਕ ਬਿਮਾਰ ਹੋ ਜਾਂਦੇ, ਉਹਨਾਂ 'ਚ ਕੋਈ ਡਿਫੈਕਟ ਹੁੰਦਾ। ਇਹ ਉੱਥੋਂ ਅਸੀਂ ਜਗ੍ਹਾ ਖੜੇ ਦੇ ਤੋੜਨ ਲੱਗਿਆ ਕੋਈ ਮਰੇ ਜਾਂਦਾ, ਖਬਰਾਂ ਉਹਨੇ ਕੀ ਕੀਤਾ, ਆਪਾਂ ਨੇ ਕੀ ਲੈਣਾ ਇਸ ਗੱਲ? ਆਪਾਂ ਜੋ ਹੋ ਰਿਹਾ ਉਹਨੂੰ ਸੱਚ ਕਰਕੇ ਬੰਦੀ ਜਾਓ। ਜਦ ਉਹਦੇ ਤੇ ਟਿੱਪਣੀ ਕਰਨ ਲੱਗ ਜਾਂਦੇ ਨਾ ਉਹਦੇ ਕੀਤੇ ਤੇ, ਫਿਰ ਅਸੀਂ ਉਹਦੇ ਨਾਲ ਸਿਆਣੇ ਬਣਨ ਦੀ ਕੋਸ਼ਿਸ਼ ਕਰਦੇ। ਵੱਤ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸਤਣੀ। ਵੱਤ ਸੁਹਾਵੀ ਸਾਏ, ਸਾਰੀ ਹੋਈ ਵਸਤੂ ਸੁਹਾਵੀ ਹੈ, ਸੁਖ ਦੇਣ ਵਾਲੀ ਹੈ ਸੰਸਾਰ 'ਚ। ਉਹ ਬਿਜਲੀ ਵੀ ਸੁਖ ਦੇਣ ਵਾਲੀ ਹੈ, ਨੁਕਸਾਨ ਵੀ ਕਰ ਦਿੰਦੀ ਹੈ ਕਦੇ ਕਦੇ। ਅੱਗ ਵੀ ਨੁਕਸਾਨ ਕਰ ਦਿੰਦੀ ਹੈ, ਹੁਣ ਜੰਗਲਾਂ ਦੇ ਜੰਗਲ ਝਾੜ ਦਿੰਦੀ ਹੈ। ਧੁੱਪ ਵੀ ਨੁਕਸਾਨ ਕਰ ਦਿੰਦੀ ਹੈ, ਧੁੱਪ ਦੇ ਬਿਨਾਂ ਵੀ ਨਹੀਂ ਪੈਂਦਾ। ਨਹਿਰਾਂ ਚੱਲਦੀਆਂ ਨੇ, ਨਹਿਰਾਂ 'ਚ ਆਦਮੀ ਡੁੱਬ ਕੇ ਮਰ ਜਾਂਦੇ ਨੇ, ਬਿਜਲੀ ਦੇ ਨਾਲ ਖੰਭਿਆਂ ਨਾਲ ਲੋਕ ਐਕਸੀਡੈਂਟ ਹੋ ਕੇ ਮਰ ਜਾਂਦੇ ਨੇ। ਹੁਣ ਇਹ ਸਭ ਕੁਝ ਹਟਾ ਦਈਏ, ਹਟਾਇਆ ਵੀ ਨਹੀਂ ਸਕਦਾ। ਬਸ ਜੱਗ ਦੇ ਵਿੱਚ ਜਿਹੇ ਜੇ ਅਸੀਂ ਆ ਨਾ ਲੋਕ, ਇਹ ਜੋ ਹੈ ਸਭ ਦਾ ਕਿਸੇ ਚੀਜ਼ ਬਿਨਾਂ ਵੀ ਨਹੀਂ ਨੁਕਸਾਨ ਹੁੰਦੇ ਰਹਿਣਗੇ, ਸਾਵਧਾਨੀ ਰੱਖਣੀ ਪਊਗੀ। ਗੱਲ ਤਾਂ ਸਾਵਧਾਨੀ ਨਾ ਰੱਖਣ ਦੀ ਹੈ ਸਾਡੀ। ਅਸੀਂ ਸਾਵਧਾਨ ਕਾਦਰ ਚੀਤ ਨਹੀਂ ਰਹਿੰਦੇ, ਸਾਵਧਾਨ ਕਾਦਰ ਚੀਤ ਆਪ ਵੀ ਦੋਸ਼ ਮਲਦੇ ਨੇ ਉਹਦੇ ਤੇ, ਜਿਹੜਾ ਸਾਵਧਾਨ ਕਾਦਰ ਚੀਤ ਹੈ। ਸਤਿਗੁਰ ਜਾਗਦਾ ਹੈ ਤੇ ਉਹ ਤੇ ਦੋਸ਼ ਮਲਦਾ, ਸੁੱਤੇ ਆਪੇ ਆ। ਅਸੀਂ ਤਾਂ ਕਹਿੰਦੇ ਜੇ ਸੁੱਤੇ ਪਏ ਆ ਪੱਖਾ ਵੀ ਉਹ ਚੱਲੇ,
ਇਹਦਾ ਕਿਹਦਾ ਚੱਲੂ ਭਾਈ ਪੱਖਾ ਉਹ। ਠੀਕ ਹੈ ਜੀ। ਪੌੜੀ ਸਿਮਰਤ ਸ਼ਾਸਤਰ ਸੋਧ ਸਭ ਕੀਨੇ ਕੀਮ ਨਾ ਜਾਣੀ ਜੋ ਜਨ ਭੇਟੇ ਸਾਧ ਸੰਗ ਸੋ ਹਰ ਰੰਗ ਮਾਣੀ। ਆ ਸਿਮਰਤ ਸ਼ਾਸਤਰ ਸੋਧੇ ਨੇ, ਆ ਜਿਹੜੇ ਸੋਧੇ ਨੇ ਜੇ ਸੁਧ ਨਹੀਂ ਸੀ ਤਾਂ ਹੀ ਸੋਧੇ ਨੇ। ਇਹ ਡਾਇਰੈਕਟ ਸਿਮਰਤ ਸ਼ਾਸਤਰਾਂ ਦੀਆਂ ਗੱਲਾਂ ਜਿਹੜੇ ਕਰੀ ਜਾਂਦੇ ਨੇ ਵਿੱਚ, ਜਿਹੜੀ ਡਾਇਰੈਕਟ ਕਿਵੇਂ ਕਰੀ ਜਾਂਦੇ ਨੇ। ਰਾਮ ਉਹ ਨਹੀਂ ਸੀ ਜਿਹੜਾ ਇਹ ਮੰਨਦੇ ਨੇ ਰਾਮਾਇਣ ਚ, ਸਭੇ ਘੱਟ ਰਾਮ ਬੋਲੇ ਆ। ਦਸਰਥ ਨਹੀਂ ਸੀ, ਜਸਰਥ ਲਫ਼ਜ਼ ਵਰਤੇ ਉਹਦੇ ਵਾਸਤੇ। ਇਹ ਕਹੀ ਜਾਂਦੇ ਨਹੀਂ ਜੀ, ਉਸ ਵੇਲੇ ਦੀਆਂ ਰਵਾਇਤਾਂ ਸੀ ਜੀ ਗੁਰੂ ਸਾਹਿਬ ਨੇ ਵਰਤੀ। ਅਸਲ ਦੇ ਵਿੱਚ ਇਹਨਾਂ ਨੇ ਗੁਰਬਾਣੀ ਪੜ੍ਹੀ ਹੋਈ ਨਹੀਂ, ਇਹਨਾਂ ਨੇ ਗੁਰਬਾਣੀ ਇੱਕ ਵਾਡਿਓਂ ਪੜ੍ਹੀ ਨਹੀਂ। ਹਜ਼ਾਰ ਕੁ ਵਾਰ ਗੁਰਬਾਣੀ ਪੜ੍ਹਦੇ ਨਾ ਇੱਕ ਵਾਡਿਓਂ, ਹਜ਼ਾਰ ਵਾਰ ਇਹਨੂੰ ਪੜ੍ਹਦੇ ਔਰ ਇਹਨੂੰ ਪੜ੍ਹਦੇ ਸਟੱਡੀ ਕਰਕੇ ਘੋਖ ਕੇ, ਫਿਰ ਕੋਈ ਚਿੰਤਾ ਨਹੀਂ ਸੀ ਰਹਿਣਾ। ਹੁਣ ਲੱਗ ਜਾਣ ਪੜ੍ਹਨ ਘੋਖ ਕੇ, ਹੁਣ ਲੱਗ ਜਾਣ ਬਾੜੀ ਕੋਲੇ ਹੈ, ਸਾਰੇ ਗਿਆਨ ਹੋ ਜੂ ਇਹਨਾਂ ਨੂੰ ਆਪੇ। ਕੁਛ ਆਪਾਂ ਨੇ ਦੱਸਤਾ, ਕੁਛ ਲੈਣ ਸਾਰੇ ਆਪੇ ਹੋ ਜੂ, ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਪਰ ਜੇ ਜਾਣ ਬੁੱਝ ਕੇ ਕਰਨਾ ਹੋਵੇ ਉਹਦਾ ਕੋਈ ਇਲਾਜ ਨਹੀਂ, ਜੇ ਜਾਣ ਬੁੱਝ ਕੇ ਵਿਰੋਧ ਕਰਨਾ ਹੋਵੇ ਉਹਦਾ ਕੋਈ ਇਲਾਜ ਨਹੀਂ। ਉਹ ਪੰਡਿਤ ਵੀ ਕਰਦਾ ਰਿਹਾ, ਧੀਰਬੁੱਲੀ ਵੀ ਕਰਦੇ ਰਹੇ ਨੇ, ਰਾਮਰਈਏ ਵੀ ਕਰਦੇ ਰਹੇ ਨੇ, ਉਹ ਕਰਦੇ ਰਹਿਣਗੇ। ਐਕਸੈਪਟ ਨਹੀਂ ਹੋਣੇ ਉਹ ਸੰਸਾਰ ਚ, ਸਾਫ ਲਿਖਿਆ ਸੋਧਦੇ ਨੇ, ਜਿਉਂਦੇ ਤਿਉਂ ਤੁਸੀਂ ਅਰਥ ਕਿਵੇਂ ਕਰਦੇ ਉਹਨਾਂ ਦੇ। ਭਾਈ ਗੁਰਦਾਸ ਦੀਆਂ 12 ਜਿਉਂਦੇ ਤਿਉਂ ਅਰਥ ਕਿਵੇਂ ਕਰਦੇ, ਉਹਨਾਂ ਜਿਉਂਦੇ ਤਿਉਂ ਦੇ ਉੱਤੇ ਸੋਧੇ ਕਿੱਥੇ ਨਾਲ, ਜਿਉਂਦੇ ਤਿਉਂ ਦੇ ਉੱਤੇ ਚੱਕ ਕੇ। ਬਹੁਤ ਬੜੀ ਸ਼ਰਾਰਤ ਹੈ ਭਾਈ ਗੁਰਦਾਸ ਦੇ ਨਾਂ ਤੇ, ਜਿਹੜੀਆਂ 12 ਨੇ ਬਹੁਤ ਬੜੀ ਸ਼ਰਾਰਤ ਸੀ ਨਾ ਉਹਦਾ ਵਰਤ ਲਿਆ। ਉਹਨੇ ਵਾਰ ਇੱਕ ਵੀ ਨਹੀਂ ਲਿਖੀ। ਇਹ ਸਾਰੇ ਸਨਾਤਨੀ ਸਿੱਖ ਸੀਗੇ, ਡੋਗਰਿਆਂ ਦੇ ਚੇਲੇ ਸੀ, ਡੋਗਰੇ ਤਾਂ ਸਾਰੇ ਹਿੰਦੂ ਬਣ ਗਏ। ਇਹ ਰਹਿ ਗਏ ਮਾੜੇ ਕਰਮਾਂ ਨੂੰ ਸਿੱਖ, ਇਹ ਤਾਂ ਹਿੰਦੂ ਬਣ ਜਾਂਦੇ ਜਦੇ ਰਹਿ ਗਏ ਸਿੱਖ। ਅੰਗਰੇਜ਼ਾਂ ਨੇ ਸਾਹਮਣੇ ਪਵਾ ਲਈਆਂ ਪੈਂਟਾਂ, ਫਿਰ ਬਾਬੂ ਬਣ ਗਏ, ਬਾਬੂ ਬਣ ਗਏ ਫਿਰ ਆਕੀ ਹੋ ਗਏ, ਜਿਹੜਾ ਅਦਾਲਤਾਂ ਖੱਤੋਂ ਦੂਏ ਪਾਸੇ ਦਿੱਤੀ ਪਤਾ ਅਕਾਲ ਪੁਰਖ ਕੀ ਉਹਨੂੰ ਕੀ ਪਾਉਂਦਾ ਸੀ। ਉਹਨੂੰ ਜਿਹੜਾ ਪਾਉਂਦਾ ਸੀ ਨਾ ਉਹ ਕੋ ਹੋਰ ਤਿਆਰੀ ਕਰ ਰਿਹਾ ਸੀ, ਇਹਨਾਂ ਨੂੰ ਪਤਾ ਹੀ ਨਹੀਂ ਸੀ। ਇਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਕੀ ਲਿਖਿਆ ਹੈ ਗੁਰਬਾਣੀ ਚ, ਇਹ ਕੋਈ ਇਤਿਹਾਸ ਸੀ। ਸਿਮਰਨ ਸਾਹਿਬ ਸਾਰੇ ਸੋਧ ਲੈ ਤਾਂ ਕੀ ਕੀਮਤ ਨਹੀਂ ਜਾਣੀ, ਸੋਧ ਕੇ ਵੀ ਕੀਮਤ ਨਹੀਂ ਜਾਣੀ। ਰਿਸ਼ੀ ਮੁਨੀਆਂ ਨੇ ਗਲਤ ਲਿਖੇ ਹੋਏ ਤੇ, ਰਿਸ਼ੀ ਮੁਨੀਆਂ ਦੀ ਕੋਈ ਵੈਲਿਊ ਨਹੀਂ, ਬਬੂਲੀ ਵਿਦਵਾਨ ਤੇ ਰਿਸ਼ੀ ਮੁਨੀ ਜਿਨ੍ਹਾਂ ਨੇ ਗਲਤ ਲਿਖਿਆ ਸੀ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਲ ਨਾਲ ਜਾਣਾ, ਸਿੱਧਾ ਲਿਖਿਆ ਹੋਇਆ। ਸੋਲ ਨਾਲ ਮੁੰਡਿਆਂ ਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਸਿੱਧਾ ਲਿਖਿਆ ਹੋਇਆ। ਇਹ ਉਹਨਾਂ ਦੀ ਕੀਮਤ ਪਾਈ ਜਾਂਦੇ ਨੇ, ਇਹ ਉਹਨਾਂ ਦੀ ਕੀਮਤ ਵਧਾਈ ਜਾਂਦੇ ਨੇ। ਗੁਰਬਾਣੀ ਨੇ ਤਾਂ ਕੱਚੇ ਲਾਏ ਪਏ ਨੇ ਸਾਰੇ। ਇਹ ਫਿਰ ਕਹਿਣਾ ਚਾਹੁੰਦੇ ਆ ਵੀ ਸਿਮਰਤ ਸ਼ਾਸਤਰ ਅਸੀਂ ਜਾ ਕੇ ਪੜ੍ਹੇ ਆ, ਵਿਚਾਰੇ ਆ, ਉਹਨਾਂ ਵਿੱਚ ਕੋਈ ਕੀਮਤ ਨਹੀਂ ਪਤਾ ਲੱਗੀ, ਇਹ ਕਹਿਣਾ ਉਹਨਾਂ ਚ ਹੈ ਹੀ ਨਹੀਂ ਕੁਝ? ਨਹੀਂ ਨਹੀਂ, ਵਿਚਾਰੇ ਨਹੀਂ, ਸੋਧੇ ਨੇ ਉਹ, ਸੋਧ ਕੇ ਵੀ ਦੇਖ ਲੈ ਤਾਂ ਵੀ ਕੱਖ ਨਹੀਂ ਹੈ ਉਹਨਾਂ ਚ, ਉਹਨਾਂ ਚ ਵੀ ਕੀਮਤ ਨਹੀਂ ਹੈ, ਉਹਨਾਂ ਚ ਬਹੁਤ ਅੰਦਾਜ਼ੇ ਲਾਏ ਹੋਏ ਨੇ। ਜੋ ਜਨ ਭੇਟੇ ਸਾਧ ਸੰਗੀ ਸੋ ਹਰ ਰੰਗ ਮਾਣੀ, ਜਿਹੜਾ ਜਨ ਸਾਧ ਸੰਗ ਸਾਧ ਦੀ ਸੰਗ ਭੇਟ ਲਿਆ, ਸਾਧ ਨਾਲ ਜੁੜ ਗਿਆ, ਉਹਨੇ ਹਰ ਰੰਗ ਮਾਣੇ ਨੇ। ਬਾਕੀ ਕਿਸੇ ਨੇ ਹਰ ਰੰਗ ਸਿਮਰਤ ਸ਼ਾਸਤਰ ਵਾਲੇ ਨੇ ਮਾਣੇ ਹੁਣ ਦੱਸਣ ਦਾ ਸਹੀ, ਉਹ ਕੋਈ ਕਿਸੇ ਧੜੇ ਚ ਖੜਾ ਸਿਮਰਤ ਸ਼ਾਸਤਰ ਵਾਲਾ, ਕੋਈ ਕਿਸੇ ਧੜੇ ਚ ਖੜਾ, ਕੋਈ ਰਾਵਣ ਨਾਲ ਖੜਾ, ਕੋਈ ਰਾਮ ਨਾਲ ਖੜਾ, ਕੋਈ ਕ੍ਰਿਸ਼ਨ ਨਾਲ ਖੜਾ, ਕੋਈ ਕ੍ਰਿਸ਼ਨ ਦੇ ਵਿਰੋਧੀਆਂ ਨਾਲ ਖੜਾ। ਉਹ ਤਾਂ ਬੈਰ ਵਿਰੋਧ ਕਾਮ ਕ੍ਰੋਧ ਦੇ ਗ੍ਰਸੇ ਹੋਏ ਨੇ ਸਾਰੇ, ਝੂਠ ਵਿਕਾਰ ਮਾਂ ਲੋਭ ਧਰੋ ਦੇ ਗ੍ਰਸੇ ਹੋਏ ਨੇ ਸਣੇ ਕ੍ਰਿਸ਼ਨ, ਉਹਨਾਂ ਦੇ ਗ੍ਰੰਥਾਂ ਮੁਤਾਬਕ ਇਹ ਗ੍ਰਸੇ ਹੋਏ ਨੇ, ਅਸੀਂ ਕੋਈ ਇਲਜ਼ਾਮ ਥੋੜੀ ਲਾ ਰਹੇ ਹਾਂ, ਵੜ ਲਓ ਉਹਨਾਂ ਦੇ। ਜੋ ਜਨ ਭੇਟੇ ਸਾਧ ਸੰਗੀ ਸੋ ਹਰ ਰੰਗ ਮਾਣੀ, ਸਾਧ ਸੰਗੀ ਜਿਹੜਾ ਜਨ ਹੋ ਜਾਂਦਾ, ਸਾਧ ਦੀ ਸੰਗਤ ਦੇ ਵਿੱਚ ਰਹਿੰਦਾ, ਸਾਧਨਾ ਜੁੜ ਜਾਂਦਾ, ਉਹ ਹਰ ਦੇ ਰੰਗ ਮਾਣਦਾ, ਹਰ ਦੇ ਰੰਗਾਂ ਦਾ ਆਨੰਦ ਉਠਾਉਂਦਾ, ਆਨੰਦ ਮਾਣਦਾ। ਠੀਕ ਹੈ। ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ, ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ।
ਸੱਚ ਨਾਮ ਕਰਤਾ ਪੁਰਖ ਇਹ ਰਤਨਾਂ ਦੀ ਖਾਨ ਹੈ, ਜਿੰਨੇ ਮਰਜ਼ੀ ਰਤਨ ਕੱਢ ਲਓ ਇਹਦੇ ਵਿੱਚੋਂ, ਕੋਈ ਖੋਦੋ ਤਾਂ ਸਹੀ ਥੱਲੇ, ਇਹਦੇ ਵਿੱਚੇ ਸੱਚ ਨਾਮ ਕਰਤਾ ਪੁਰਖ, ਕਰਤਾ ਪੁਰਖ ਦਾ ਨਾਮ ਸੱਚ ਨਾਮ ਹੈ, ਸੱਚ ਦੇ ਵਿੱਚੇ ਹੀ ਹੈ ਸਭ ਕੁਛ। ਇਹ ਸੱਚ ਸਭਨਾ ਦਾ ਖਸਮ ਹੈ, ਇਹਦੇ ਕੋਲ ਹੀ ਹੈ ਸਭ ਕੁਛ, ਇਹਦੇ ਵਿੱਚੇ ਹੀ ਹੈ ਸਭ ਕੁਛ ਸਮਾਇਆ ਹੋਇਆ। ਇਹ ਰਤਨਾਂ ਦੀ ਖਾਣੀ ਹੈ, ਸਾਰੇ ਗੁਣਾਂ ਦੀ ਖਾਣੀ ਹੈ। ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ, ਆਨੇ ਤੇਰੇ ਹਿਰਦੇ 'ਚ ਲਿਖਿਆ ਹੋਵੇ ਕੰਮ ਕਰਨਾ, ਤਾਂ ਤੈਨੂੰ ਚੇਤਾ ਰਹਿੰਦਾ ਇਹਦਾ, ਤੈਨੂੰ ਤਾਂ ਮਤਲਬ ਚੇਤਾ ਰਹਿੰਦਾ, ਚੇਤਾ ਰਹਿੰਦਾ ਜਿਹੜੇ ਕੰਮ ਦਾ ਉਹੀ ਕੰਮ ਕਰਦਾ, ਜਿਹੜਾ ਭੁੱਲ ਜਾਂਦਾ ਉਹ ਹੋਰ ਕੰਮ ਲੱਗ ਜਾਂਦਾ। ਸਿਮਰ ਪ੍ਰਾਣੀ ਤੋਸਾ ਦਿੱਚੈ ਸਤ ਨਾਮ ਨਾਨਕ ਮਹਿਮਾਨੀ, ਸਤ ਨਾਮ ਦਾ ਜਿਹੜਾ ਖਜ਼ਾਨਾ ਹੈ ਨਾ ਤੋਸ਼ਾ, ਉਹ ਵਿੱਚੇ ਹੀ ਹੈ ਇਹਦੇ, ਤੋਸ਼ੇ ਦੇ ਵਿੱਚ ਹੀਰੇ ਰਤਨ ਜਵਾਹਰ ਹੁੰਦੇ ਨੇ, ਮਤ ਵਿੱਚ ਰਤਨ ਜਵਾਹਰ ਮਾਣਕ, ਨਾਨਕ ਮਹਿਮਾਨੀ, ਨਾਨਕ ਨੇ ਮਾਣਿਆ ਖਜ਼ਾਨਾ ਹੈ, ਨਾਨਕ ਬੈਠਾ ਖਜ਼ਾਨੇ ਤੇ ਉਹ ਤੇ ਮਾਲਕ ਬਣਿਆ। ਸੱਚ ਦੇ ਵਿੱਚ ਹੀ ਤੋਸ਼ਾ ਸਤਨਾਮ ਦਾ, ਬੜੇ ਖਜ਼ਾਨੇ ਦੇ ਵਿੱਚ ਹੀ ਹੁੰਦਾ ਛੋਟਾ ਖਜ਼ਾਨਾ, ਸਤਨਾਮ ਦਾ ਖਜ਼ਾਨਾ ਜਿਹੜੇ ਨੇ ਨਾ ਮਤ ਵਿੱਚ ਰਤਨ ਜਵਾਹਰ, ਘਟਿਆ ਗੁੜਮੀ ਦੇ ਵਧੀਆ ਗੁਣਾਂ ਨੂੰ, ਇੱਕ ਲਾਲ ਹੁੰਦਾ, ਇੱਕ ਹੀਰਾ ਹੁੰਦਾ, ਇੱਕ ਜਵਾਹਰਾਤ ਹੁੰਦਾ, ਇੱਕ ਮਾਣਕ ਹੁੰਦਾ, ਇੱਕ ਮੋਤੀ ਹੁੰਦਾ, ਹੁੰਦੇ ਤਾਂ ਸਾਰੇ ਕੀਮਤੀ ਉਹਨੇ। ਨਿਰਵੈਰ ਵੱਡਾ ਗੁਣ ਹੈ, ਬੁਰੇ ਦਾ ਭਲਾ ਕਰਨਾ ਵੱਡਾ ਗੁਣ ਹੈ, ਛੋਟੇ ਗੁਣ ਵੀ ਨੇ। ਦਾਤਾ ਹੋਣਾ ਛੋਟਾ ਗੁਣ ਹੈ, ਵੱਡਾ ਨਹੀਂ ਹੈਗਾ। ਦਿਆਲੂ ਹੋਣਾ ਛੋਟਾ ਗੁਣ ਹੈ, ਵੱਡਾ ਗੁਣ ਨਹੀਂ ਹੈਗਾ। ਤੋਸ਼ਾ ਸੱਚ ਦਾ ਤੋਸ਼ਾ ਦੇ ਦਿੱਤਾ, ਉਹਦੇ ਵਿੱਚ ਨਾਮ ਹੈ, ਉਹਦੇ ਵਿੱਚ ਨਾਮ ਹੈ, ਸਤਨਾਮ ਵਿੱਚ ਹੈ। ਉਹ ਅਸਲ ਦੇ ਵਿੱਚ ਤਾਂ ਗਿਆਨ ਦਾ ਹੀ ਖਜ਼ਾਨਾ, ਹੋਰ ਕਿਹੜਾ ਹੀਰੇ ਰਤਨ ਜਵਾਹਰ ਨੇ। ਉਸਾ ਦਿੱਚੇ ਸਤਨਾਮ ਨਾਨਕ ਮਹਿਮਾਨੀ ਕਹਿ, ਨਾਨਕ ਮਹਿਮਾਨ ਬਣਾ ਕੇ ਬਿਠਾਲਤਾ ਵੀ ਬਹਿ ਜਾ ਇੱਥੇ ਸਹੀ ਚੱਲ, ਇਸ ਵਕਤ ਤਾਂ ਨਾਨਕੇ ਹੈ ਨਾ ਮਾਲਕ, ਫਿਰ ਬਦਲਿਆ ਜਾਊ ਜਾਂ ਡਿਊਟੀ ਬਦਲੀ ਜਾਊ, ਹਾਲੇ ਲੋੜ ਇਹਦੀ ਲੱਗੀ ਹੋਈ ਹੈ। ਠੀਕ ਹੈ, ਪਰ ਉਹ ਇੱਕੇ ਹੀ ਹੈ, ਭਗਤ ਤਾਂ ਸਾਰੇ ਇੱਕੇ ਹੀ ਹੈ। ਉਹ ਦੇ ਅੰਡੇ ਬੋਲੀ ਦਾ ਫਰਕ ਪਿਆ ਨਾ ਪਿੱਛੋਂ ਆ ਕੇ, ਨਾਨਕ ਦੇ ਵਿੱਚ ਕਈ ਨੇ ਕਿਹੜਾ ਦੋ ਨੇ ਸਾਰੇ। ਨਾਨਕ ਮਹਿਮਾਨ ਆਇਆ, ਉਹ ਪਹਿਲਾਂ ਬੈਠੇ ਸੀ, ਨਾਨਕ ਮਹਿਮਾਨ ਆ ਗਿਆ, ਨਵਾਂ ਆ ਗਿਆ ਕਹਿ ਲੋ। ਠੀਕ ਹੈ ਜੀ, ਉਹ ਪੁਰਾਣੇ ਬੈਠੇ ਤੇ ਨਾਨਕ ਨਵਾਂ ਆਇਆ, ਮਹਿਮਾਨ ਹੀ ਹੁੰਦਾ।